ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਅਸੀਂ ਡੋਪ ਤੋਂ ਕੀ ਹੈ ਹੁਣ ਪੰਜਾਬ ਨੂੰ ਹੋਪ। ਅੱਜ ਪੰਜਾਬ ਦੇ ਵਿੱਚ ਅਖੀਰਲਾ ਦਿਨ ਹੈ ਜਿਹੜਾ ਕਾਲਾ ਦਿਨ ਕਾਲਾ ਦਿਵਸ ਜਿਹੜਾ ਪੰਜਾਬ ਦੇ ਵਿੱਚ ਚਿੱਟੇ ਨੂੰ ਲੈ ਕੇ ਮਨਾਇਆ ਜਾ ਰਿਹਾ ਸੀਗਾ, ਪੂਰਾ ਹਫ਼ਤਾ ਮਨਾਇਆ ਗਿਆ ਅਤੇ ਅੱਜ 7 ਜੁਲਾਈ ਨੂੰ ਇਹਦਾ ਅਖੀਰਲਾ ਦਿਨ ਹੈ। ਲੇਕਿਨ ਅਖੀਰਲੇ ਦਿਨ ਦੇ ਵਿੱਚ ਜਾਂਦੇ ਜਾਂਦੇ ਇੱਕ ਨਵੀਂ ਸਕੀਮ ਦੇ ਗਏ ਨੇ ਸਿਆਸਤਦਾਨ, ਉਹ ਹੈ ਡੋਪ ਟੈਸਟ। ਇਹ ਸਕੀਮ ਮੰਨੀਏ ਕਿ ਜਾਂ ਫਿਰ ਇਹ ਲਾਹੇਮੰਦ ਹੋਏਗਾ, ਵਾਕਈ ਇਹ ਕੰਮ ਆਏਗਾ ਡੋਪ, ਜੇਕਰ ਡੋਪ ਟੈਸਟ ਪੰਜਾਬ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦਾ ਹੋਏ, ਅਫਸਰਾਂ ਦਾ ਹੋਏ ਔਰ ਉਸ ਤੋਂ ਇਲਾਵਾ ਸਿਆਸਤਦਾਨਾਂ ਦਾ ਹੋਏ। ਕੀ ਸਿਆਸਤਦਾਨਾਂ ਦਾ ਡੋਪ ਟੈਸਟ ਤੋਂ ਬਾਅਦ, ਕੀ ਅਫਸਰਾਂ ਦੇ ਡੋਪ ਟੈਸਟ ਤੋਂ ਬਾਅਦ, ਕੀ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਤੋਂ ਬਾਅਦ ਇਹ ਅਸੀਂ ਮੰਨ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਏਗਾ। ਔਰ ਜੇਕਰ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਏਗਾ ਤਾਂ ਫਿਰ ਡੋਪ ਟੈਸਟ ਕਰਵਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਹੈ, ਇਹ ਸਵਾਲ ਬਣੇ ਹੋਏ ਨੇ। ਲੇਕਿਨ ਪਬਲਿਕ ਹੈ, ਸਭ ਜਾਣਦੀ ਹੈ, ਅਸੀਂ ਕਹਿੰਦੇ ਹਾਂ ਨਾ ਇਹ ਪਬਲਿਕ ਹੈ, ਇਹਨਾਂ ਨੂੰ ਸਭ ਪਤਾ ਹੈ ਔਰ ਕਿਹਦੀ ਦਾੜੀ ਦੇ ਵਿੱਚ ਤਿਨਕਾ ਹੈ ਇਹ ਪਬਲਿਕ ਨੂੰ ਵੀ ਪਤਾ ਹੈ। ਔਰ ਜਦ ਜਸ ਬ੍ਰੌਡਕਾਸਟਿੰਗ ਦੀ ਟੀਮ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਪਬਲਿਕ ਨੇ ਕੀ ਕੁਝ ਕਿਹਾ ਉਹ ਵੀ ਅਸੀਂ ਇੱਕ ਵਾਰੀ ਜ਼ਰੂਰ ਸੁਣ ਲੈਂਦੇ ਹਾਂ। ਪੰਜਾਬ ਵਿੱਚ ਨਸ਼ੇ ਦਾ ਤਾਂ ਸੁਣਿਆ ਹੀ ਹੈ ਜ਼ਿਆਦਾ ਵੀ ਨਸ਼ਾ ਕਰਦੇ ਹਾਂ ਜਵਾਨ ਮੁੰਡੇ ਬੱਚੇ, ਪਰ ਇਹ ਨਹੀਂ ਹੋਣਾ ਚਾਹੀਦਾ। ਪਰ ਮਾਂ ਬਾਪ ਨੂੰ ਵੀ ਕੁਝ ਸਮਝਾਉਣਾ ਚਾਹੀਦਾ ਬੱਚਿਆਂ ਨੂੰ, ਕੁਛ ਉਹਨਾਂ ਦੇ ਟੀਚਰ ਜੋ ਸਕੂਲਾਂ 'ਚ ਪੜ੍ਹਦੇ ਬੱਚੇ ਛੋਟੇ ਨੂੰ, ਉਹਨਾਂ ਨੂੰ ਸਮਝਾਉਣਾ ਚਾਹੀਦਾ ਬੇਟਾ ਵੀ ਨਸ਼ਾ ਨਹੀਂ ਕਰਨਾ ਚਾਹੀਦਾ। ਮਾਂ ਬਾਪ ਨੂੰ ਬੱਚਿਆਂ 'ਤੇ ਨਿਗ੍ਹਾ ਰੱਖਣੀ ਚਾਹੀਦੀ ਆ ਤਾਂ ਕਿ ਜਵਾਨ ਬੱਚੇ ਖਰਾਬ ਨਾ ਹੋਣ, ਅੱਗੇ ਜਾ ਕੇ ਦੇਸ਼ ਦੀ ਤਰੱਕੀ ਇਹਨਾਂ ਵੱਲੋਂ ਹੀ ਹੋਣੀ ਆ, ਇਸ ਕਰਕੇ ਨਸ਼ਾ ਕਰਨ ਤੋਂ ਰੋਕਣਾ ਚਾਹੀਦਾ। ਬੜਾ ਜ਼ਰੂਰੀ ਹੈ ਜੀ ਇਹ ਜਿਹੜਾ ਡੋਪ ਟੈਸਟ ਕਰਨਾ, ਇਹ ਲੋਕਾਂ ਦੇ ਉੱਤੇ ਜ਼ਿਆਦਾ ਜਾਗਰੂਕ ਵੀ ਇਕੱਠਾ ਹੋਏਗਾ ਅਤੇ ਬਾਕੀ ਇਹ ਹੈ ਵੀ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਇਹਨਾਂ ਨੂੰ, ਸਾਡੇ ਪੇਰੈਂਟਸ ਨੂੰ ਵੀ ਧਿਆਨ ਰੱਖਣਾ ਚਾਹੀਦਾ ਅਤੇ ਬੱਚਿਆਂ ਨੂੰ ਖੁਦ ਵੀ ਦੇਖਣਾ ਚਾਹੀਦਾ ਵੀ ਇਹ ਜਿਹੜੀ ਬੱਚੇ ਮਰ ਰਹੇ ਨੇ ਇਹ ਰੀਜ਼ਨ ਕੀ ਹੈ। ਸਾਡਾ ਪੰਜਾਬ ਨਹੀਂ, ਸਾਡਾ ਸਾਰਾ ਦੇਸ਼ ਹੀ ਇਸ 'ਚ ਫਸਿਆ ਹੈ। ਚੰਗੀ ਗੱਲ ਸੋਚਦੇ ਹਾਂ ਜੀ ਇਹ ਵੀ ਇਹ ਹੋਣਾ ਚਾਹੀਦਾ ਵੀ ਕੋਈ ਬੰਦਾ ਨਸ਼ੇ ਕਰਦਾ ਜੇ, ਹੁਣ ਇਹ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕਰਿਆ ਵੀ ਅੱਗੇ ਆਉਣ ਵਾਲਾ ਟਾਈਮ ਵਧੀਆ ਰਹੇ, ਬੱਚਿਆਂ ਦਾ ਭਵਿੱਖ ਵਧੀਆ ਬਣਿਆ ਰਹੇ। ਹੋ ਜਾਣਾ ਚਾਹੀਦਾ ਜੀ, ਕੋਈ ਐਡੀ ਵੱਡੀ ਗੱਲ ਨਹੀਂ ਹੈ। ਭਰਤੀ ਵੇਲੇ ਤਾਂ ਹੁੰਦਾ ਹੀ ਹੈ ਟੈਸਟ, ਪਹਿਲਾਂ ਮੈਡੀਕਲ ਹੁੰਦਾ, ਸਭ ਕੁਝ ਹੁੰਦਾ ਅਤੇ ਤਰੱਕੀ ਵੇਲੇ ਵੀ ਹੋ ਜਾਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ ਹੈ, ਚੰਗਾ। ਹਾਂਜੀ, ਮੈਂ ਕਹਿੰਦਾ ਵੀ ਇਹ ਜਿਹੜਾ ਕੈਪਟਨ ਸਾਹਿਬ ਦੀ ਸਰਕਾਰ ਨੇ ਲਿਆ ਫੈਸਲਾ ਬਹੁਤ ਵਧੀਆ ਫੈਸਲਾ, ਇਹ ਇਹ ਮਤਲਬ ਪਹਿਲਾਂ ਹੀ ਹੋ ਜਾਣਾ ਪਹਿਲਾਂ ਹੋਣਾ ਚਾਹੀਦਾ ਸਰ। ਦੇਖੋ ਬਾਕੀ ਦਿਲ ਸਾਡੇ ਜ਼ਰੂਰ ਜੁੜੇ ਹੋਏ ਨੇ ਔਰ ਅਸੀਂ ਵੀ ਦਿਲ ਤੋਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਏ ਔਰ ਅਸੀਂ ਤੁਹਾਡੇ ਸਾਹਮਣੇ ਹਮੇਸ਼ਾ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਚਾਹੇ ਉਹ ਸਾਡੇ ਵਰਲਡ ਨਿਊਜ਼ ਹੋਏ, ਸਾਡੀ ਪ੍ਰਾਈਮ ਟਾਈਮ ਨਿਊਜ਼ ਹੋਏ, ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਸਾਹਮਣੇ ਹਰ ਉਹ ਖਬਰ ਆਏ ਜੋ ਕਿ ਤੁਹਾਡੇ ਲਈ ਜਾਣੀ ਜ਼ਰੂਰੀ ਹੈ। ਲੇਕਿਨ ਜਦ ਹੁਣ ਪੰਜਾਬ ਦੇ ਵਿੱਚ ਇਹ ਗੱਲਾਂ ਸ਼ੁਰੂ ਹੋ ਗਈਆਂ ਹਨ ਕਿ ਡੋਪ ਟੈਸਟ ਕਰਾਓ, ਡੋਪ ਟੈਸਟ ਨਾ ਕਰਾਓ, ਡੋਪ ਟੈਸਟ ਕਰਾਉਣ ਨਾਲ ਇਹ ਹੋਏਗਾ, ਡੋਪ ਟੈਸਟ ਕਰਾਉਣ ਨਾਲ ਫਾਇਦਾ ਨਹੀਂ ਹੋਏਗਾ, ਲੇਕਿਨ ਕੀ ਤੁਹਾਨੂੰ ਲੱਗਦਾ, ਕਿਉਂਕਿ ਕੰਕਲੂਜਨ ਮੈਂ ਚਾਹੁੰਦਾ ਕਿ ਤੁਸੀਂ ਹੀ ਕੱਢੋ ਆਪ ਕਿ ਡੋਪ ਟੈਸਟ ਦੇ ਨਾਲ ਪੰਜਾਬ ਦੇ ਵਿੱਚ ਨਿਪਟਾਰਾ ਹੈ ਨਸ਼ੇ ਨੂੰ ਖਤਮ ਕਰਨ ਦਾ, ਕਿ ਅਸੀਂ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਆਉਂਦਾ ਹੈ ਜਾਂ ਉਹ ਪਾਕਿਸਤਾਨ ਤੋਂ ਆਏ, ਅਫਗਾਨਿਸਤਾਨ ਤੋਂ ਆਏ, ਪਹਿਲੇ ਉਹਦੇ ਉੱਤੇ ਨਜ਼ਰ ਰੱਖਣੀ ਜ਼ਰੂਰੀ ਹੈ ਜਾਂ ਕਿ ਡੋਪ ਟੈਸਟ ਜ਼ਰੂਰੀ ਹੈ। ਔਰ ਜਿਹੜਾ ਨਸ਼ਾ ਤੁਸੀਂ ਫੜਦੇ ਹੋ, ਜਿਹੜੇ ਸਰਕਾਰੀ ਮੁਲਾਜ਼ਮ ਜਾਂ ਫਿਰ ਪੁਲਿਸ ਅਫਸਰ ਜਿਹੜਾ ਨਸ਼ਾ ਫੜਦੇ ਨੇ, ਕਿ ਉਹਨੂੰ ਨਸ਼ਤੋ ਨਾ ਉਹਨੂੰ ਖਤਮ ਕਿਉਂ ਨਹੀਂ ਕੀਤਾ ਜਾਂਦਾ, ਉਹ ਵੀ ਪਬਲਿਕ ਨੂੰ ਕਿਉਂ ਨਹੀਂ ਦਿਖਾਇਆ ਜਾਂਦਾ ਕਿ ਪਹਿਲਾਂ ਡੋਪ ਟੈਸਟ ਜ਼ਰੂਰੀ ਹੈ ਕਿ ਪਹਿਲਾਂ ਉਹਨੂੰ ਖਤਮ ਕਰਨਾ ਜ਼ਰੂਰੀ ਹੈ। ਠੀਕ ਹੈ, ਜੇ ਤੁਸੀਂ ਡੋਪ ਟੈਸਟ ਕਰਾਉਣਾ ਤਾਂ ਫਿਰ ਖੁੱਲ੍ਹ ਕੇ ਸਾਰੇ ਸਿਆਸਤਦਾਨ ਇੱਕਜੁੱਟ ਹੋਣੇ ਚਾਹੀਦੇ ਨੇ, ਆਪਣਾ ਸਟੈਂਡ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ। ਵੱਡੇ ਵੱਡੇ ਬਿਆਨ ਸਾਨੂੰ ਲੱਗਦਾ ਕਿ ਨਹੀਂ ਦੇਣੇ ਚਾਹੀਦੇ, ਕੈਮਰਾ ਵੇਖ ਕੇ, ਮੀਡੀਆ ਦਾ ਮਾਈਕ ਵੇਖ ਕੇ, ਤਾਂ ਤੁਸੀਂ ਬਿਆਨ ਨਾ ਦਿਓ ਜਾਂ ਤਾਂ ਫਿਰ ਤੁਸੀਂ ਡੋਪ ਟੈਸਟ ਕਰਾ ਕੇ ਆਪਣਾ ਪਰਚਾ ਲੈ ਕੇ ਆਓ, ਦੇਖੋ ਜੀ ਮੇਰਾ ਡੋਪ ਟੈਸਟ ਪੋਜ਼ਿਟਿਵ ਹੈ, ਜਾਂ ਤਾਂ ਫਿਰ ਗੱਲ ਇਸ ਤਰੀਕੇ ਨਾਲ ਹੋਏ। ਲੇਕਿਨ ਇਹ ਤੈਅ ਅੱਜ ਤੁਸੀਂ ਕਰੋਗੇ, ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰੋ ਔਰ ਆਪਣੀ ਜਿਹੜੀ ਰਾਏ ਹੈ ਮੇਰੇ ਨਾਲ ਜ਼ਰੂਰ ਸਾਂਝਾ ਕਰੋ, ਮੈਂ ਤੁਹਾਡੀ ਰਾਏ ਜ਼ਰੂਰ ਜਾਣਨਾ ਚਾਹੁੰਦਾ। ਮੈਂ ਕੱਲ੍ਹ ਪੂਰੀ ਕੋਸ਼ਿਸ਼ ਕੀਤੀ ਔਰ ਸਾਡੀ ਪੂਰੀ ਟੀਮ ਨੇ ਕੋਸ਼ਿਸ਼ ਕੀਤੀ ਕਿ ਤੁਹਾਡੇ ਸਾਹਮਣੇ ਇਹ ਸਾਰੀ ਜਿਹੜੀ ਪ੍ਰਤੀਕਿਰਿਆ ਹੈ ਅਸੀਂ ਲੈ ਕੇ ਆਈਏ, ਜਦ ਮੁੱਦਾ ਅਸੀਂ ਕੱਲ੍ਹ ਚੁੱਕਿਆ ਸੀਗਾ। ਲੇਕਿਨ ਉਸ ਤੋਂ ਬਾਅਦ ਫਿਰ ਸਾਡੀ ਜ਼ਿੰਮੇਵਾਰੀ ਬਣ ਗਈ ਸੀਗੀ, ਇਹ ਪੂਰੀ ਜਿਹੜੀ ਹੁਣ ਗੱਲ ਹੈ ਸਾਰਿਆਂ ਦੇ ਰਿਐਕਸ਼ਨਸ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਈਏ ਔਰ ਫਿਰ ਚਾਹੁੰਦੇ ਸੀਗੇ ਅਸੀਂ ਕਿ ਤੁਸੀਂ ਹੁਣ ਡਿਸਾਈਡ ਕਰੋ। ਕਾਲਸ ਆਉਣੀਆਂ ਮੈਨੂੰ ਸ਼ੁਰੂ ਹੋ ਗਈਆਂ, ਲੈਂਦੇ ਹਾਂ ਆਪਣੀ ਕਾਲਸ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਸਾਡੇ ਜਿਹੜੇ ਵਿਊਅਰਸ ਨੇ, ਜਾਣੀ ਕਿ ਤੁਸੀਂ ਕੀ ਕੁਝ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਆਲੂਵਾਲੇ ਸਾਹਿਬ, ਗੁਰਦੇਵ ਸਿੰਘ ਭੋਗਲ, ਯੂਕੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੋਗਲ ਜੀ, ਕੱਲ੍ਹ ਅਸੀਂ ਗੱਲ ਕਰ ਰਹੇ ਸੀਗੇ, ਦੇਖ ਲਓ ਉਸ ਤੋਂ ਬਾਅਦ
ਪੂਰਾ ਭੂਚਾਲ ਆ ਗਿਆ ਪੰਜਾਬ ਦੇ ਵਿੱਚ। ਬਹੁਤ ਵਧੀਆ, ਚੰਗਾ ਕੀਤਾ, ਬਹੁਤ ਵਧੀਆ। ਦੇਖੋ ਮੀਡੀਆ ਦਾ ਜਿਹੜਾ ਜਿਹੜਾ ਮੀਡੀਆ ਦੀ ਭੂਮਿਕਾ ਹੁੰਦੀ, ਮੀਡੀਆ ਦਾ ਜਿਹੜਾ ਫਰਜ਼ ਆ ਤੁਸੀਂ ਨਿਭਾ ਰਹੇ ਹੋ ਚੰਗੀ ਤਰ੍ਹਾਂ। ਇਹਦੇ ਲਈ ਤੁਸੀਂ ਸ਼ਾਬਾਸ਼ ਦੇ ਹੱਕਦਾਰ ਹੋ। ਤੇ ਮੈਂ ਤੇ ਆਪਣਾ ਟਾਈਮ ਲੈਣਾ ਸਿਰਫ ਇੱਕ ਡੇਢ ਮਿੰਟ ਆਪਣੇ ਆਲੂ ਵਾਲੇ ਸਾਹਿਬ, ਮੈਂ ਤੇ ਬਸ ਮੈਂ ਇਹ ਕਹਿਣਾ ਚਾਹੁੰਦਾ, ਨੰਬਰ ਇੱਕ, ਵੀ ਜਿਹੜੇ ਕਹਿੰਦੇ ਰਹੇ, ਦਾਅਵੇ ਕਰਦੇ ਰਹੇ ਕਿ ਸਾਨੂੰ ਤੇ ਪੰਜਾਬ ਵਿੱਚ ਕੀੜੀ ਵੀ ਤੁਰੀ ਜਾਂਦੀ ਦਿਸਦੀ ਆ, ਉਹ ਕੁਝ ਨਹੀਂ ਕਰ ਸਕੇ। ਤੇ ਫਿਰ ਜਿਹਨਾਂ ਨੇ ਗੁਟਕਾ ਸਾਹਿਬ ਫੜ ਕੇ ਹੱਥ 'ਚ ਸਹੁੰ ਖਾਧੀ ਆ, ਉਹ ਕੁਝ ਨਹੀਂ ਕਰ ਸਕੇ। ਹੁਣ ਉਹਨਾਂ ਦਾ ਡੋਪ ਟੈਸਟ ਕਿਹੜਾ ਚੰਦ ਚੜਾਏਗਾ, ਕਿਹੜੀ ਜੰਗ ਜਿੱਤ ਲਏਗਾ? ਜੀ 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 ਜੀ। ਤੇ ਲਓ ਮੈਂ ਇੱਕ ਸ਼ੇਰ ਬੋਲ ਕੇ ਤੁਹਾਡਾ ਸਮਾਂ ਨਹੀਂ ਲੈਣਾ ਚਾਹੁੰਦਾ, ਇੱਕ ਸ਼ੇਰ ਬੋਲਣਾ ਸਿਰਫ ਨਸ਼ਾ ਮੁਕਤ ਪੰਜਾਬ ਤੇ, ਸਿਰਫ ਜਿਹੜਾ ਆਪਣਾ ਵਿਸ਼ਾ ਆ। ਜੀ ਜੀ। ਆਲੂ ਵਾਲੇ ਸਾਹਿਬ ਲਿਖਿਆ, ਬਈ ਸਾਧਾ ਸੰਤਾਂ ਵਰਗੇ ਆਗੂ ਬੋਲ ਬੋਲਣ, ਸਾਧਾ ਸੰਤਾਂ ਵਰਗੇ ਆਗੂ ਬੋਲ ਬੋਲਣ, ਨਸ਼ਾ ਤਸਕਰੀ ਦਾ ਕਹਿੰਦੇ ਹਿਸਾਬ ਕਰਨਾ ਹੈ, ਓਏ ਠੱਲ ਪਾਵਾਂਗੇ ਠੱਗਾ ਠੇਰਿਆਂ ਨੂੰ, ਮਾਹੌਲ ਪੰਜਾਬ ਦਾ ਨਹੀਂ ਖਰਾਬ ਕਰਨਾ। ਇੱਦਾਂ ਦੀਆਂ ਬਿਆਨਬਾਜ਼ੀਆਂ ਸੁਣਦੇ ਨਾ ਆਪਾਂ ਰੋਜ਼। ਸਾਧਾ ਸੰਤਾਂ ਵਰਗੇ ਆਗੂ ਬੋਲ ਬੋਲਣ, ਨਸ਼ਾ ਤਸਕਰੀ ਦਾ ਕਹਿੰਦੇ ਹਿਸਾਬ ਕਰਨਾ ਹੈ, ਠੱਲ ਪਾਵਾਂਗੇ ਠੱਗਾ ਠੇਰਿਆਂ ਨੂੰ, ਮਾਹੌਲ ਪੰਜਾਬ ਦਾ ਨਹੀਂ ਖਰਾਬ ਕਰਨਾ। ਬਈ ਜਿਹੜੇ ਤੁਮਤਾਂ ਭਰੀ ਕਰਨ ਬਿਆਨਬਾਜ਼ੀ, ਜਿਹੜੇ ਤੁਮਤਾਂ ਭਰੀ ਕਰਨ ਬਿਆਨਬਾਜ਼ੀ, ਉਹਨਾਂ ਤਾਂ ਹੀ ਹੈ ਲਾਜਵਾਬ ਕਰਨਾ ਹੈ, ਓਏ ਬੇਗੁਨਾਹ ਹੋਣ ਦੇ ਸਾਰੇ ਕਰਨ ਦਾਵੇ, ਗੁਨਾਹਗਾਰਾਂ ਨੂੰ ਬੇਨਕਾਬ ਕਰਨਾ ਹੈ। ਜੀ 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 ਜੀ। ਇੱਕ ਦੂਜੇ ਤੇ ਚਿੱਕੜ ਕੇ ਮੈਂ ਸਿੱਟ ਦੇਣਾ, ਦੇਖੋ ਜਿਹੜੇ ਤੁਮਤਾਂ ਭਰੀ ਕਰਨ ਬਿਆਨਬਾਜ਼ੀ, ਉਹਨਾਂ ਤਾਂ ਹੀ ਹੈ ਲਾਜਵਾਬ ਕਰਨਾ ਹੈ, ਬੇਗੁਨਾਹ ਹੋਣ ਦੇ ਸਾਰੇ ਕਰਨ ਦਾਵੇ, ਗੁਨਾਹਗਾਰਾਂ ਨੂੰ ਕਹਿੰਦੇ ਬੇਨਕਾਬ ਕਰਨਾ ਹੈ। ਬਈ ਕਹਿੰਦੇ ਸ਼ੇਰੇ ਪੰਜਾਬ ਵਰਗਾ ਮੁੜ ਰਾਜ ਆਊ, ਕਹਿੰਦੇ ਸ਼ੇਰੇ ਪੰਜਾਬ ਵਰਗਾ ਮੁੜ ਰਾਜ ਆਊ, ਅਸੀਂ ਇਹ ਵੀ ਹੈ ਪੂਰਾ ਖੁਆਬ ਕਰਨਾ ਹੈ। ਓਏ ਭਾਸ਼ਣ ਸੁਣ ਸੁਣ ਭੋਗਲ ਕੰਨ ਪੱਕੇ, ਖਰਿਆ ਕਦੋਂ ਨਸ਼ਾ ਮੁਕਤ ਇਹਨਾਂ ਪੰਜਾਬ ਕਰਨਾ ਹੈ। ਓਏ ਭਾਸ਼ਣ ਸੁਣ ਸੁਣ ਭੋਗਲ ਕੰਨ ਪੱਕੇ, ਖਰਿਆ ਕਦੋਂ ਨਸ਼ਾ ਮੁਕਤ ਇਹਨਾਂ ਪੰਜਾਬ ਕਰਨਾ। ਆਲੂ ਅਵਾਲੀਆ ਸਾਹਿਬ, ਖਰਿਆ ਕਦੋਂ ਨਸ਼ਾ ਮੁਕਤ ਇਹਨਾਂ ਪੰਜਾਬ ਕਰਨਾ। ਮੇਰੇ ਵੀਰੇ, ਖਰਿਆ ਕਦੋਂ ਨਸ਼ਾ ਮੁਕਤ ਇਹਨਾਂ ਪੰਜਾਬ ਕਰਨਾ ਹੈ। ਬਹੁਤ ਬਹੁਤ ਵਧੀਆ, ਬਹੁਤ ਵਧੀਆ ਭੋਗਲ ਜੀ, ਬਹੁਤ ਵਧੀਆ ਲਿਖਿਆ। ਕਦ ਲਿਖਿਆ ਤੁਸੀਂ? ਬਸ ਤੁਹਾਡੇ ਸੁਣਦੇ ਸੁਣਦੇ ਹੀ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਹੀ ਵਧੀਆ। ਤੁਸੀਂ ਸ਼ਾਇਰ ਵੀ ਹੋ ਔਰ ਬਹੁਤ ਵਧੀਆ ਲਿਖਦੇ ਹੋ, ਔਰ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਮੁੱਦਾ ਪ੍ਰੋਗਰਾਮ ਹੈ ਤੁਹਾਨੂੰ ਵੀ ਪ੍ਰੇਰਿਤ ਕਰ ਦਿੰਦਾ ਵਧੀਆ ਲਿਖਣ ਲਈ। ਹਾਂ ਬਿਲਕੁਲ, ਮੈਂ ਸੁਣਦਾ ਹੁੰਦਾ ਵੀ ਤੁਹਾਡਾ ਮੁੱਦਾ ਕੀ ਅੱਜ, ਬਸ ਭਾਈ 5-10-15 ਮਿੰਟ ਚਾਹੀਦੇ ਹੁੰਦੇ ਤੇ ਕਾਗਜ਼ ਕਾਲਾ ਹੋ ਜਾਂਦਾ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਇਹ ਮੈਂ ਚਾਹੁੰਦਾ ਕਿ ਜਿਹੜਾ ਕਾਲਾ ਦਿਵਸ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ, ਜੋ ਤੁਸੀਂ ਲਿਖ ਰਹੇ ਹੋ, ਉਹ ਕਾਲਾ ਦਿਵਸ ਚਿੱਟੇ ਕਰਕੇ ਮਨਾਇਆ ਜਾ ਰਿਹਾ, ਤਾਂ ਕਿ ਇੱਕ ਅਮਨ, ਇੱਕ ਸ਼ਾਂਤੀ ਪੰਜਾਬ ਦੇ ਵਿੱਚ ਆ ਸਕੇ, ਇੱਕ ਸੁਨਹਿਰਾ ਭਵਿੱਖ ਪੰਜਾਬ ਨੂੰ ਮਿਲ ਸਕੇ। ਲੱਗਦਾ ਕਿ ਇਹ ਵੀ ਉੱਥੋਂ ਦੀ ਹਟਾਉਣਾ, ਉਸ ਹਨੇਰੇ ਨੂੰ ਹਟਾਉਣਾ ਪੰਜਾਬ ਦੇ ਲਈ ਬੇਹੱਦ ਜ਼ਰੂਰੀ ਹੈ। ਇਹ ਜਿਹੜੀ ਪ੍ਰਤੀਕਿਰਿਆ ਅਸੀਂ ਸੁਣੀਆਂ ਸਿਆਸਤਦਾਨਾਂ ਦੀ, ਇਹ ਅਮਲ ਵੀ ਉਹ ਕਰਨ, ਸਾਡੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਆਲੂਵਾਲ ਸਾਹਿਬ, ਜੇ ਇਮਾਨਦਾਰ ਇਹ ਲੋਕ ਇਮਾਨਦਾਰ ਹੋਣ ਨਾ, ਰਾਜਨੀਤਿਕ ਲੋਕ, ਸਿਆਸੀ ਲੋਕ, ਜੇ ਇਹ ਕਰਨਾ ਚਾਹੁਣ, ਤੁਹਾਨੂੰ ਵੀ ਪਤਾ, ਸਾਰੀ ਦੁਨੀਆਂ ਨੂੰ ਪਤਾ, ਜੇ ਆਲੂਵਾਲੇ ਸਾਹਿਬ ਜੇ ਇਹ ਕਰਨਾ ਚਾਹੁਣ ਤਾਂ ਇਹ ਕਰ ਸਕਦੇ, ਪਰ ਚਾਹੁੰਦੇ ਨਹੀਂ ਮੇਰੇ ਹਿਸਾਬ ਨਾਲ। ਤੁਸੀਂ ਚਾਹੁੰਦੇ ਹੋ ਕਿ ਇਹਨਾਂ ਦਾ ਡੋਪ ਟੈਸਟ ਹੋਏ ਸਾਰੇ ਸਿਆਸਤਦਾਨਾਂ ਦਾ, ਤਾਂ ਅਸੀਂ ਇੱਕ ਹੋਰ ਪ੍ਰੈਸ਼ਰ ਕ੍ਰੀਏਟ ਕਰ ਸਕੀਏ ਪੂਰਾ? ਨਹੀਂ, ਇਹ ਵੀ ਕੁਝ ਵੀ ਨਹੀਂ, ਇਹ ਵੀ ਧਿਆਨ ਹਟਾਉਣ ਦੀਆਂ ਗੱਲਾਂ ਨੇ। ਜਿਵੇਂ ਮੈਂ ਸ਼ੇਅਰ 'ਚ ਕਿਹਾ, ਭਾਸ਼ਣ ਸੁਣ ਸੁਣ ਕੇ ਸਾਡੇ ਕੰਨ ਪੱਕ ਗਏ। ਜੀ 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 ਜੀ। ਕੀ ਪਤਾ ਕਦੋਂ ਇਹਨਾਂ ਨੇ ਨਸ਼ਾ ਮੁਕਤ ਪੰਜਾਬ ਕਰਨਾ। ਯਾਰੋ, ਅਸੀਂ ਤਾਂ ਉਡੀਕ ਕਰਨ ਡਏ, ਅਸੀਂ ਤੁਹਾਡੇ ਪ੍ਰੋਗਰਾਮਾਂ 'ਚ ਰੋਜ਼ ਬੋਲਦੇ ਹਾਂ, ਹੋਰ ਕੀ ਕਰੀਏ। ਭੋਗਲ ਜੀ, ਅਸੀਂ ਵੀ ਪੂਰੀ, ਸਾਡੀ ਜ਼ਿੰਮੇਵਾਰੀ ਫਿਰ ਬਣ ਜਾਂਦੀ, ਅਸੀਂ ਵੀ ਪ੍ਰੈਸ਼ਰ ਜਿਹੜਾ ਕ੍ਰੀਏਟ ਕੀਤਾ ਉਹਦਾ ਨਤੀਜਾ ਤੁਸੀਂ ਵੇਖ ਲਿਆ ਅੱਜ, ਆਪ ਜੋ ਮੈਂ ਤੁਹਾਨੂੰ ਦਿਖਾਇਆ। ਜੀ ਜੀ, ਬਿਲਕੁਲ ਬਿਲਕੁਲ ਕੀਤਾ ਪੰਜਾਬ ਦੇ ਵਿੱਚ, ਹਰ ਮੀਡੀਆ ਹਾਊਸ ਨੇ ਇਸ ਗੱਲ ਦੇ ਉੱਤੇ ਪੈਰਾ ਦਿੰਦੇ ਹੋਏ ਪੰਜਾਬ ਦੇ ਵਿੱਚ ਇਹਨਾਂ ਸਿਆਸਤਦਾਨਾਂ ਦੇ ਉੱਤੇ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ, ਤੇ ਲੱਗਦਾ ਕਿ ਤੁਹਾਨੂੰ ਜ਼ਰੂਰੀ ਹੈ ਇਹਨਾਂ ਸਿਆਸਤਦਾਨਾਂ ਦਾ ਡੋਪ ਟੈਸਟ ਕਰਨਾ। ਔਰ ਜੇਕਰ ਇਹਨਾਂ ਦਾ ਡੋਪ ਟੈਸਟ ਹੁੰਦਾ, ਫਿਰ ਜਿਹੜੀ ਅੱਗੇ ਸਰਕਾਰੀ ਮੁਲਾਜ਼ਮ ਨੇ, ਅਫਸਰ ਨੇ, ਉਹ ਆਪਣੇ ਆਪ ਜਿਹੜੀ ਗੱਲ ਕਹਿ ਰਹੇ ਨੇ ਕਿ ਇਹਨਾਂ ਦਾ ਪਹਿਲਾਂ ਕਰੋ, ਸਭ ਕੁਝ ਠੀਕ ਹੋ ਜਾਏਗਾ। ਨਹੀਂ ਨਹੀਂ ਨਹੀਂ, ਆਪਣੇ ਆਲੂਵਾਲ ਸਾਹਿਬ, ਜੇ ਡੋਪ ਟੈਸਟ ਦੀ ਤਾਂ ਇਹਦੀ ਤਾਂ ਲੋੜ ਹੀ ਨਹੀਂ ਸੀ ਪੈਣੀ ਚਾਹੀਦੀ ਉੱਥੇ। ਜੇ ਇਹ ਨਸ਼ੇ ਤੇ ਇਹ ਜੇ ਕਾਬੂ ਕਰਨਾ ਚਾਹੁਣ, ਇਹ ਨਕੇਲ ਪਾਉਣੀ ਚਾਹੁਣ ਵੱਡੇ ਮਗਰਮੱਛਾਂ ਨੂੰ, ਜਿਹਨਾਂ ਮਗਰਮੱਛਾਂ ਦੇ ਨਾਲ ਅੱਜ ਤਲਾਅ ਭਰਿਆ ਪਿਆ, ਤੇ ਸਭ ਕੁਛ ਹੋ ਸਕਦਾ। ਡੋਪ ਟੈਸਟ ਦੀ ਲੋੜ ਹੀ ਨਹੀਂ ਸੀ ਪੈਣੀ। ਜੀ 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 ਜੀ।
ਇਮਾਨਦਾਰੀ ਦੀ ਲੋੜ ਵਾ, ਇਨਸਾਨੀਅਤ ਦੀ ਲੋੜ ਵਾ, ਇਖਲਾਕ ਦੀ ਲੋੜ ਵਾ ਆਲੂਵਾਲੀਆ ਸਾਹਿਬ, ਇਖਲਾਕ ਦੀ ਲੋੜ ਵਾ। ਅੰਦਰ ਡਰ ਭਾਓ ਹੋਵੇ ਗੁਰੂ ਦਾ, ਗੁਰੂ ਦੀ ਭੈ ਭਾਵਨੀ ਅੰਦਰ ਹੋਵੇ ਤਾਂ ਸਭ ਕੁਛ ਹੋ ਜਾਏਗਾ। ਪਰ ਨਹੀਂ, ਇਹਨਾਂ ਸਿਆਸਤਦਾਨਾਂ ਦੇ ਵਿੱਚ ਡਰ ਹੈ ਕਿ ਨਹੀਂ ਤੈਨੂੰ ਲੱਗਦਾ? ਨਾ ਜੀ, ਨਾ 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 ਨਾ, ਮੈਂ ਤਾਂ ਕੰਬਣ ਲੱਗ ਪੈਣਾ ਕਈ ਵਾਰੀ ਜਿਹੜੀ ਇਹ ਖਬਰਾਂ ਪੜ੍ਹਦੇ ਆ, ਅਖਬਾਰਾਂ ਮੈਂ ਰੋਜ਼ ਪੜ੍ਹਦਾ, ਤੁਹਾਨੂੰ ਸੁਣਦਾ, ਟੀਵੀ ਸੁਣਦਾ, ਮੈਂ ਤੇ ਸਿਰ ਗੋਡਿਆਂ 'ਚ ਲੈ ਕੇ ਬਹਿ ਜਾਂਦਾ। ਮੈਂ ਇੰਨਾ ਦੁਖੀ ਹੁੰਦਾ ਪਏ, ਸੱਚੇ ਪਾਤਸ਼ਾਹ ਅਸੀਂ ਪੰਜਾਬ ਵਰੇ ਪਹਿਲਾਂ ਇੱਦਾਂ ਦਾ ਤਾਂ ਨਹੀਂ ਸੀ ਛੱਡਿਆ। 80 ਨੌਜਵਾਨ ਮਾਰੇ ਗਏ ਪਿਛਲੇ ਪੂਰੇ ਇੱਕ ਹਫ਼ਤੇ ਦੇ ਵਿੱਚ, 80 ਨੌਜਵਾਨ, 80। ਜੀ ਜੀ ਬਿਲਕੁਲ ਬਿਲਕੁਲ, ਇੱਕ ਹਫ਼ਤੇ ਦੇ ਵਿੱਚ 80 ਨੌਜਵਾਨ ਮਾਰੇ ਗਏ ਨੇ, ਔਰ ਇਹ ਸਿਲਸਿਲਾ ਬਦਸਤੂਰ ਜਾਰੀ ਹੈ। ਔਰ ਜਿਹੜੀ ਖਬਰਾਂ ਨੇ ਔਰ ਵੀ ਆ ਰਹੀਆਂ ਹਨ ਕਿ ਹਰ ਦਿਨ ਪੰਜਾਬ ਦੇ ਵਿੱਚ 5 ਨੌਜਵਾਨ ਮਰਦੇ ਨੇ, 5 ਨੌਜਵਾਨ ਹਰ ਦਿਨ। ਆਲੂਵਾਲੇ ਸਾਹਿਬ, ਇਹਨਾਂ ਦੇ ਭਾਸ਼ਣ ਸੁਣ ਕੇ ਤੇ ਕਿਹਨੇ ਕੁਝ ਨਹੀਂ ਕੀਤਾ, ਤਾਂ ਹੀ ਪਰਸੋਂ ਚੌਥ ਤੁਹਾਡੀ ਨਜ਼ਮ ਪੜ੍ਹੀ ਸੀ, ਰੱਬਾ ਤੈਥੋਂ ਸਭ ਕੁਛ ਮੰਗਿਆ, ਅੱਜ ਵੀ ਇੱਕ ਮੰਗ ਮੰਗਦਾ ਹਾਂ, ਮੇਰਾ ਨਸ਼ਿਆਂ ਤੋਂ ਪੰਜਾਬ ਛੁਡਾ ਦੇ, ਇਹੀ ਖੈਰ ਤੇਤੋਂ ਮੰਗਦਾ ਹਾਂ ਰੱਬਾ, ਇਹੀ ਖੈਰ ਅੱਜ ਮੰਗਦਾ ਹਾਂ। ਬਹੁਤ ਹੀ ਜ਼ਿਆਦਾ ਬੁਰੀ ਨਜ਼ਰ ਲੱਗੀ ਹੋਈ ਹੈ। ਬਹੁਤ ਬਹੁਤ ਧੰਨਵਾਦ ਭੋਗਲ ਜੀ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਜੀ। ਬਿਲਕੁਲ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਲੰਡਨ ਤੋਂ ਬੋਲ ਰਿਹਾ ਜੀ। ਜੀ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗਾ ਕਿ ਡੋਪ ਟੈਸਟ ਦੀ ਜਿਹੜੀ ਗੱਲ ਹੈ ਉਹ ਤੇ ਚਲੋ ਹੋਣੀ ਚਾਹੀਦੀ ਹੈ, ਹੋ ਜੇ ਤੇ ਕੋਈ ਮਾੜੀ ਗੱਲ ਵੀ ਨਹੀਂ ਤੇ ਬਹੁਤੀ ਕੋਈ ਚੰਗੀ ਗੱਲ ਵੀ ਨਹੀਂ ਗੀ। ਇਸ ਮੁੱਦੇ ਤੇ ਥੋੜਾ ਜਿਹਾ ਹਟ ਕੇ ਮੈਂ ਗੱਲ ਕਰਨੀ ਚਾਹੁੰਦਾ। ਮੈਂ ਕੱਲ ਹੀ ਨਾ ਇੱਥੇ ਆਮ ਆਦਮੀ ਪਾਰਟੀ ਦੇ MP ਭਗਵੰਤ ਮਾਨ ਜੀ ਆਏ ਸੀ ਤੇ ਮੇਰੀ ਉਹਨਾਂ ਨਾਲ ਮੀਟਿੰਗ ਸੀ ਤੇ ਮੈਂ ਇੱਥੇ ਉਹਨਾਂ ਕੋਲ ਇੱਕ ਸਵਾਲ ਰੱਖਿਆ ਸੀ ਇਸ ਇਸ਼ੂ ਦੇ ਉੱਤੇ ਹੀ। ਔਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਮਾਨ ਸਾਹਿਬ ਤੁਹਾਡੀ ਆਮ ਆਦਮੀ ਪਾਰਟੀ ਤੇ ਬਾਹਰ ਦੇ ਲੋਕਾਂ ਨੂੰ ਬਹੁਤ ਉਮੀਦਾਂ ਰਹੀਆਂ ਤੇ ਹੈਗੀਆਂ ਨੇ, ਤੇ ਜੇ ਤੁਸੀਂ ਇੱਕ ਜਿਹੜੇ ਸਾਡੇ ਪੰਜਾਬ ਦੇ ਨੈਸ਼ਨਲ ਇਸ਼ੂ ਨੇ, ਜਿਹੜੇ ਡਰੱਗਸ ਦਾ ਹੋਇਆ, ਪਾਣੀ ਦਾ ਹੋਇਆ, ਕਿਸਾਨੀ ਦਾ ਹੋਇਆ, ਪ੍ਰਦੂਸ਼ਣ ਦਾ ਹੋਇਆ, ਮੈਂ ਇਹ ਜਿਹੜੇ ਨੈਸ਼ਨਲ ਇਸ਼ੂ ਨੇ ਸਾਡੇ ਪੰਜਾਬ ਦੇ, ਜੇ ਇਹਨਾਂ ਇਸ਼ੂਆਂ ਤੇ ਤੁਸੀਂ ਰਾਜਨੀਤੀ ਨਾ ਕਰੋ ਤੇ ਆਪਣੀ ਪਾਰਟੀ ਦੇ ਵਿੱਚ ਸਮੁੱਚੀ ਪਾਰਟੀ ਦੀ ਮੀਟਿੰਗ ਸੱਦ ਕੇ ਤੇ ਮਤਾ ਪਾਸ ਕਰ ਦਿਓ ਕਿ ਅਸੀਂ ਇਹਨਾਂ ਮੁੱਦਿਆਂ ਤੇ ਰਾਜਨੀਤੀ ਨਹੀਂ ਕਰਾਂਗੇ ਤੇ ਬਾਕੀ ਦੀਆਂ ਪਾਰਟੀਆਂ ਦੇ ਨਾਲ ਮਿਲ ਕੇ ਇਹ ਕੋਰ ਨੂੰ, ਇਹ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਅਸੀਂ ਜਿਹੜਾ ਉਦਮ ਕਰਾਂਗੇ। ਉਹਨਾਂ ਆਪਣੇ ਲੈਵਲ ਤੇ ਗੱਲ ਕੀਤੀ ਪਰ ਪਾਰਟੀ ਲੈਵਲ ਤੇ ਉਹ ਕਹਿੰਦੇ ਅਸੀਂ ਜਾ ਕੇ ਗੱਲ ਕਰਾਂਗੇ। ਮਸਲਾ ਇਹ ਹੈ ਕਿ ਜਿੰਨੀ ਦੇਰ ਸਾਰੀਆਂ ਹੀ ਪਾਰਟੀਆਂ ਜਿਹੜੇ ਸਾਡੇ ਪੰਜਾਬ ਦੇ ਨੈਸ਼ਨਲ ਇਸ਼ੂ ਨੇ ਨਾ, ਕੱਲੀ ਡਰੱਗਸ ਦਾ ਹੀ ਨੀਗਾ, ਇਹ ਸਾਰੇ ਇਸ਼ੂ ਨੇ, ਇਹਨਾਂ ਤੇ ਰਾਜਨੀਤੀ ਇਹ ਬੰਦ ਨਹੀਂ ਕਰਦੇ, ਉਨੀ ਦੇਰ ਗੱਲ ਨਹੀਂ ਬਣੀ। ਦੂਸਰੀ ਗੱਲ, ਪੰਜਾਬ ਦੇ ਆਪਾਂ ਜੇ ਮੀਡੀਆ ਦੀ ਗੱਲ ਕਰੀਏ ਤੇ ਹੁਣ ਡਰੱਗ ਦਾ ਵੀ ਮੀਡੀਆ ਨੇ ਆਪਣੇ ਨੇ, ਹੁਣ ਕਮਰਸ਼ੀਅਲ ਮੀਡੀਆ ਨੇ ਹੁਣ ਗੱਲ ਚੁੱਕੀ ਹੈ, ਪਰ ਸੋਸ਼ਲ ਮੀਡੀਆ ਨੇ ਇਸ ਤੋਂ ਪਹਿਲਾਂ ਚੁੱਕੀ ਸੀ। ਸਾਡਾ ਮੀਡੀਆ ਵੀ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਉਹ ਆਮ ਲੋਕਾਂ ਨੂੰ ਮੈਸੇਜ ਨਹੀਂ ਦੇ ਸਕਦੀਆਂ ਕਿ ਤੁਸੀਂ ਆਪਣੇ ਬੱਚੇ ਸਾਂਭੋ, ਮਾਵੋ ਆਪਣੇ ਬੱਚਿਆਂ ਨੂੰ ਨਿਗਾਹ 'ਚ ਰੱਖੋ, ਪਿਓਵੋ ਆਪਣੇ ਬੱਚਿਆਂ ਨੂੰ ਨਿਗਾਹ 'ਚ ਰੱਖੋ ਤਾਂ ਕਿ ਤੁਹਾਡੇ ਬੱਚੇ ਡਰੱਗ ਨਾ ਲੈਣ। ਕਿਹੜਾ ਮਾਂ ਪਿਓ ਹੈ ਜਿਹਨੂੰ ਆਪਣੇ ਬੱਚੇ ਦਾ ਪਤਾ ਨਹੀਂ ਕਿ ਉਹ ਕਿੰਨੇ ਵਜੇ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਕਰਦਾ? ਤੇ ਰਾਜਨੀਤਿਕ ਪਾਰਟੀਆਂ ਨੇ ਵੋਟਾਂ ਲੈਣੀਆਂ ਨੇ, ਉਹ ਤੇ ਪੇਰੈਂਟਸ ਨੂੰ ਕਹਿ ਨਹੀਂ ਸਕਦੇ, ਤੇ ਸਾਡੇ ਸਮਾਜਿਕ ਸੁਧਾਰ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਕੰਨੀ ਕਤਰਾ ਰਹੀਆਂ ਨੇ, ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਬਣ ਜਾਂਦੀ ਹੈ, ਬਹੁਤ ਜ਼ਿਆਦਾ ਲੋੜ ਹੈ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ। ਜੀ ਜੀ ਜੀ, ਸੋ ਜਿੰਨੀ ਦੇਰ ਸਮਾਜਿਕ ਲੋਕ ਜਿਹੜੇ ਆ, ਪੇਰੈਂਟਸ ਨੇ, ਜਿਹੜੀਆਂ ਸਰਕਾਰੀ ਪੱਧਰ ਤੇ ਪਾਰਟੀਆਂ ਨਹੀਂ ਗੀਆਂ, ਜਿਹੜੀਆਂ ਸਭਾ ਸੁਸਾਇਟੀਆਂ ਨੇ ਜਾਂ ਜਥੇਬੰਦੀਆਂ ਨੇ, ਧਾਰਮਿਕ ਅਦਾਰੇ ਨੇ ਸਾਰੇ, ਉਹ ਹੀ ਕੰਮ ਸੋ ਕੰਮ ਉੱਠ ਕੇ ਨੈਸ਼ਨਲ ਇਸ਼ੂਆਂ ਤੇ ਇਸ਼ੂ ਉਠਾਉਣ, ਉਹਨਾਂ ਦੀਆਂ ਵੋਟਾਂ ਨਹੀਂ ਮੰਗਣੀਆਂ। ਰਾਜਨੀਤਿਕ ਲੋਕਾਂ ਨੂੰ ਇਹ ਆ ਕਿ ਨਾਰਾਜ਼ ਹੋ ਜਾਣਗੇ ਲੋਕ, ਸਾਨੂੰ ਵੋਟ ਨਹੀਂ ਪਾਣੀ ਤੇ ਉਹ ਇਸ਼ੂ ਉਠਾਉਂਦੇ ਨਹੀਂ ਗੇ। ਤੀਸਰੀ ਗੱਲ ਜਿਹੜੀ ਮੈਂ ਮੀਡੀਆ ਦੀ ਕਰਾਂਗਾ ਕਿ ਮੀਡੀਆ ਜਿਹੜਾ ਖਾਸ ਕਰਕੇ ਮੈਂ ਜਿੱਦਾਂ ਜਸ ਪੰਜਾਬੀ ਹੈ, ਇਹ ਇਹਨਾਂ ਨੇ ਪੈਸੇ ਮੰਗ ਕੇ TV ਨਹੀਂ ਚਲਾਉਂਦੇ ਪਏ। ਜਿਨ੍ਹਾਂ ਨੇ ਪੈਸੇ ਮੰਗ ਕੇ ਚਲਾਉਣਾ ਉਹਨਾਂ ਨੂੰ ਪਤਾ ਕਿ ਅਸੀਂ ਕਿਹੜੇ ਕਿਹੜੇ ਇਸ਼ੂਆਂ ਤੇ ਬੋਲਣਾ ਤੇ ਕਿਹੜੇ ਕਿਹੜੇ ਤੇ ਨਹੀਂ ਬੋਲਣਾ, ਪਰ ਜਿਹੜਾ ਤੁਸੀਂ ਉਹ ਤੁਸੀਂ ਆਵਾਜ਼ ਉਠਾ ਸਕਦੇ ਹੋ, ਤੁਸੀਂ ਜਿੱਥੇ ਜਿੱਥੇ ਕੁਤਾਹੀ ਹੈ ਨਾ, ਇਕੱਲੀ ਰਾਜਨੀਤਿਕ ਇਸ਼ੂਆਂ ਨੂੰ ਹੀ ਆਪਾਂ ਜੇ ਟੁੰਮਦੇ ਰਵਾਂਗੇ ਤੇ ਸਾਡਾ ਨੁਕਸਾਨ ਕੌਮ ਦਾ ਦਿਨ ਬਰ ਦਿਨ ਜ਼ਿਆਦਾ ਹੋ ਰਿਹਾ ਘਟਣ ਦੀ ਬਜਾਏ। ਅਸੀਂ ਰਾਜਨੀਤਿਕ ਇਸ਼ੂਆਂ ਨੂੰ ਲਾਂਭੇ ਕਰਕੇ ਸਮਾਜਿਕ ਸੁਧਾਰ ਇਸ਼ੂਆਂ ਨੂੰ ਲਿਆਵਾਂਗੇ, ਚਾਹੇ ਕੋਈ ਸਾਡੀ ਗੱਲ ਸੁਣੇ ਚਾਹੇ ਨਾ ਸੁਣੇ, ਤੇ ਇਹਦੇ ਨਾਲ ਸੱਚਮੁੱਚ ਅਸੀਂ ਆਪਣੀ ਕੌਮ ਨੂੰ ਜਾਗਰੂਕ ਕਰਕੇ ਤੇ ਵੱਡਾ ਯੋਗਦਾਨ ਪਾ ਜਾਂਗੇ, ਗੁੰਮਰਾਹ ਹੋਣ ਤੋਂ ਲੋਕਾਂ ਨੂੰ ਬਚਾ ਜਾਂਗੇ। ਅੱਜ ਪੰਜਾਬ ਦੇ ਪੰਜਾਬੀ ਖਾਸ ਕਰਕੇ ਸਿੱਖ ਇੰਨੇ ਗੁੰਮਰਾਹ ਹੋ ਚੁੱਕੇ ਨੇ, ਉਹਦਾ ਕਾਰਨ ਇੱਕ ਮੀਡੀਆ ਵੀ ਹੈ। ਮੀਡੀਆ ਜਿਹੜਾ ਹੈ ਉਹ ਇੱਕ ਜੀ, ਸੋ ਜੇ ਅਸੀਂ ਇਹ ਇਸ ਪਾਸੇ ਵੱਲ ਧਿਆਨ ਦਈਏ, ਜੇ ਸਾਡਾ ਮੀਡੀਆ ਇਸ ਪਾਸੇ ਧਿਆਨ ਦੇਣ ਲੱਗ ਪਏ ਤੇ ਲੋਕਾਂ ਰਾਜਨੀਤਿਕ ਲੋਕਾਂ ਨੇ ਤੇ ਗੁਰਾਕੂਨ ਪ੍ਰਚਾਰ ਕਰਨਾ ਤੇ ਬਿਆਨ ਦੇਣੇ ਨੇ, ਉਹਨਾਂ ਨੇ ਅਖਬਾਰਾਂ 'ਚ
ਪੈਸੇ ਦੇ ਕੇ ਵੀ ਆਪਣੀਆਂ ਸੋਚਾਂ ਨਾਲ ਇਸ ਗੱਲ ਤੋਂ ਬਹੁਤ ਜ਼ਿਆਦਾ ਸਹਿਮਤ ਹਾਂ ਕਿ ਅਸੀਂ ਉਹਨਾਂ ਮੀਡੀਆ ਹਾਊਸਸ ਦੇ ਵਿੱਚੋਂ ਨਹੀਂ ਹਾਂ ਕਿ ਜੋ ਥੱਲੇ ਲਿਖ ਕੇ ਤੁਹਾਡੇ ਤੋਂ ਪੈਸੇ ਮੰਗੀਏ, 5 ਯੂਰੋ, 10 ਯੂਰੋ, 1000 ਯੂਰੋ, 1500 ਯੂਰੋ, ਇਹ ਯੂਰੋ ਅਸੀਂ ਮੰਗੀਏ, ਇਸ ਅਸੀਂ ਜ਼ਿੰਦਗੀ ਭਰ ਨਾ ਕਦੀ ਕੀਤਾ ਨਾ ਕਦੀ ਅਸੀਂ ਕਰਾਂਗੇ। ਅਸੀਂ ਉਹਨਾਂ ਮੀਡੀਆ ਹਾਊਸਸ ਦੇ ਵਿੱਚੋਂ ਨਹੀਂ ਹਾਂ ਕਿ ਜੋ ਸਿਰਫ ਡੋਨੇਸ਼ਨ ਦੇ ਕੇ ਜਿਹੜੀ ਤੁਹਾਡੀ ਖਬਰ ਆ ਉਹ ਚਲਾਏ, ਉਹ ਅਸੀਂ ਨਹੀਂ ਚਲਾਉਂਦੇ। ਅਸੀਂ ਬਿਲਕੁਲ, ਸਾਡੀ ਕੋਸ਼ਿਸ਼ ਰਹਿੰਦੀ ਔਰ ਸਾਡੇ ਜਿਹੜੇ ਚੈਨਲ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਵੀ ਇਹੀ ਸਾਡੀ ਕੋਸ਼ਿਸ਼ ਰਹਿੰਦੀ ਕਿ ਅਸੀਂ ਨਿਰਪੱਖ ਗੱਲ ਔਰ ਜਿਹੜੀ ਹੈ ਉਹ ਸਾਹਮਣੇ ਰੱਖੀਏ ਲੋਕਾਂ 'ਤੇ, ਤਾਂ ਕਿ ਤੁਸੀਂ ਫੈਸਲਾ ਲਓ ਔਰ ਤੁਸੀਂ ਉਸ ਗੱਲ ਦਾ ਕੰਕਲੂਜਨ ਕੱਢੋ। ਜੀ ਬਿਲਕੁਲ ਜੀ, ਜੇ ਜੇ ਸਾਡੇ ਕੋਲ ਮੀਡੀਆ ਐਸਾ ਪਾਇਦਾ ਰਾਜੇਗਾ, ਲੋਕ ਗੁੰਮਰਾਹ ਹੋਣੋਂ ਬਚ ਜਾਣਗੇ ਔਰ ਯਕੀਨ ਜਾਣਿਓ ਜੇ ਲੋਕ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪੈਣਗੇ। ਅੱਜ ਕੋਈ ਮੀਡੀਆ ਵੀ ਜਿਹੜਾ ਲੋਕਾਂ ਦਾ ਬਲੇਮ ਉਹਨਾਂ ਨੂੰ ਕਰਦੀ, ਇਹ ਨਾ ਕਹੋ ਪੰਜਾਬ ਦੇ ਵਿੱਚ ਆਓ ਤੁਹਾਨੂੰ ਮੈਂ ਅੱਜ ਲੱਖਾਂ ਅੰਮ੍ਰਿਤਧਾਰੀ ਦਿਖਾ ਦਿੰਦਾ, ਆਓ ਤੁਹਾਨੂੰ ਮੈਂ ਸਪੋਰਟਸ ਦੇ ਵਿੱਚ ਲੱਖਾਂ ਲੋਕ ਦਿਖਾ ਦਿੰਦਾ, ਆਓ ਮੈਂ ਐਸੇ ਲੋਕ ਤੁਹਾਨੂੰ ਦਿਖਾ ਦਿੰਦਾ ਜਿਹੜਾ ਸਮਾਜ ਸੇਵਾ ਵੀ ਕਰਦੇ ਪਏ ਆ, ਜਿਹੜੇ ਦੂਸਰੇ ਮਾਂ ਪਿਓ ਦੀ ਸੇਵਾ ਵੀ ਕਰਦੇ ਪਏ ਆ। ਪਰ ਅਸੀਂ ਨੈਗੇਟਿਵ ਲੋਕਾਂ ਨੂੰ ਹੀ, ਨੈਗੇਟਿਵ ਯੋਗਦਾਨ ਪਾਉਣ ਵਾਲਿਆਂ ਨੂੰ ਉਹ ਭਾਰੀ ਜਾਂਦੇ ਆ। ਤੁਹਾਡੇ ਮੀਡੀਆ ਤੇ ਸਾਨੂੰ ਬਹੁਤ ਸਾਰੀਆਂ ਆਸਾਂ ਹੈਗੀਆਂ ਨੇ ਕਿ ਤੁਸੀਂ ਇੱਕ ਨਿਰਪੱਖ ਤੇ ਬਿਨਾਂ ਡਰ, ਕਿਉਂਕਿ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀਗਾ ਮੈਂ ਇੱਕ ਵਾਰੀ ਰਿਪੀਟ ਕਰਨੀ ਚਾਹਾਂਗਾ ਕਿ ਜਿੰਨੇ ਪੈਸੇ ਲੋਕਾਂ ਕੋਲ 5, 10, 20 ਪਾਉਂਡ ਲੈਣੇ ਆ ਨਾ, ਤਾਂ ਉਹਨੇ ਉਹਨਾਂ ਦਾ ਖਿਆਲ ਵੀ ਰੱਖਣਾ ਕਿ ਇਸ ਜਥੇਬੰਦੀ ਨੇ ਵੀ ਮੈਨੂੰ 20 ਪਾਉਂਡ ਦਿੱਤੇ ਸੀ, ਮੈਂ ਇਹਨਾਂ ਦੇ ਖਿਲਾਫ਼ ਨਹੀਂ ਬੋਲਣਾ, ਮੈਨੂੰ ਫਲਾਣੇ ਨੇ ਵੀ ਅਦਾਰੇ ਨੇ 20-50 ਸੌ ਦਿੱਤਾ ਸੀ, ਮੈਂ ਨਹੀਂ ਬੋਲਣਾ। ਪਰ ਤੁਸੀਂ ਨਿਰਪੱਖ ਸੋਚ ਦੇ ਸਕਦੇ ਹੋ ਜਿੱਥੇ ਲੋਕਾਂ ਨੂੰ, ਪੇਰੈਂਟਸ ਨੂੰ, ਆਮ ਜਨਤਾ ਨੂੰ ਕਹਿਣ ਦੀ ਲੋੜ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਇੱਥੇ ਮਿਨਿਸਟਰ ਜਿਹੜੇ ਆ ਟ੍ਰੇਨਾਂ 'ਚ ਸਾਈਕਲਾਂ 'ਤੇ ਅਤੇ ਪੈਦਲ ਤੁਰੇ ਫਿਰਦੇ ਆ, ਉੱਥੇ ਨਹੀਂ ਤੁਰ ਸਕਦੇ। ਉੱਥੇ ਇੱਥੇ ਦੇ ਲੋਕਾਂ ਨੂੰ ਇੰਨਾ ਪਤਾ ਹੈ ਕਿ ਜਿਹੜਾ ਕੰਮ ਐਮ ਪੀ ਕਰ ਸਕਦਾ ਉਹ ਐਮ ਪੀ ਓ ਹੀ ਕਰ ਸਕਦਾ, ਜਿਹੜਾ ਐਮ ਐਲ ਏ ਕਰ ਸਕਦਾ ਉਹ ਐਮ ਐਲ ਏ ਕਰ ਸਕਦਾ, ਜਿਹੜਾ ਕੌਂਸਲਰ ਕਰ ਸਕਦਾ ਉਹ ਕੌਂਸਲਰ ਹੀ ਕਰ ਸਕਦਾ। ਪਰ ਉੱਥੇ ਅਸੀਂ ਚਪੜਾਸੀ ਵਾਲਾ ਕੰਮ ਨਹੀਂ ਐਮ ਪੀ ਕੋਲੋਂ ਕਰਵਾਉਣ ਦੇ ਲਈ ਆਉਂਦੇ ਹਾਂ ਤੇ ਜੇ ਉਹ ਨਾ ਕਰੇ ਤੇ ਅਸੀਂ ਉਹਨੂੰ ਮਾਰਨ ਤੱਕ ਚੱਲ ਜਾਂਦੇ ਹਾਂ, ਸਾਡਾ ਕਲਚਰ ਐਸਾ, ਤੁਸੀਂ ਹੁਣ ਦੇਖ ਲਓ। ਤੇ ਸਰਕਾਰਾਂ ਜਿੰਨੀ ਦੇਰ ਅਸੀਂ ਪੰਜਾਬ ਪੁਲਿਸ ਨੂੰ ਕੰਟਰੋਲ 'ਚ ਨਹੀਂ ਲਿਆਉਂਦੇ, ਜਿੰਨੀ ਦੇਰ ਰਾਜਨੀਤਿਕ ਲੋਕ ਇਹ ਇਹ ਮੁੱਦਿਆਂ ਦੇ ਇਕੱਠੇ ਨਹੀਂ ਹੁੰਦੇ, ਪੰਜਾਬ ਦਾ ਅਸੀਂ ਸੁਧਾਰ ਨਹੀਂ ਕਰ ਸਕਦੇ। ਡਰੱਗਸ ਦਾ ਸੰਸਾਰ ਦੇ ਵਿੱਚ ਇਹ ਫੈਲੀ ਹੋਈ ਹੈ, ਸਾਡੇ ਯੂਕੇ 'ਚ ਬਹੁਤ ਜ਼ਿਆਦਾ, ਅਮੈਰੀਕਾ ਕਨੇਡਾ 'ਚ ਬਹੁਤ ਜ਼ਿਆਦਾ, ਯੂਰਪ 'ਚ ਬਹੁਤ ਜ਼ਿਆਦਾ, ਤੇ ਪੰਜਾਬ 'ਚ ਵੀ ਇਹਦੇ ਪਸਾਰ ਲਿਆ ਪੈਰ, ਤੇ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ, ਹੋਰਨਾਂ ਸਟੇਟਾਂ ਦੇ ਵਿੱਚ ਵੀ, ਦਿੱਲੀ ਚੱਲ ਜਾਓ, ਬੰਬੇ ਚੱਲ ਜਾਓ, ਜਾਂ ਜਿੰਨੀਆਂ ਮਰਜ਼ੀ ਵੱਡੀਆਂ ਸਟੇਟਾਂ 'ਚ ਚੱਲ ਜਾਓ, ਸ਼ਹਿਰਾਂ 'ਚ ਚੱਲ ਜਾਓ, ਤੁਹਾਨੂੰ ਹਰ ਪ੍ਰਕਾਰ ਦੀ ਡਰੱਗਸ ਮਿਲ ਜਾਏਗੀ। ਉਹ ਹੀ ਹਾਲ ਪੰਜਾਬ ਦਾ ਹੋਇਆ। ਪਰ ਅਸੀਂ ਪੰਜਾਬੀ ਹਾਂ, ਪੰਜਾਬ ਦੀ ਗੱਲ ਕਰਨੀ ਹੈ, ਤੇ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਸਾਰੇ ਜਣੇ ਇਕੱਠੇ ਹੋਈਏ, ਇਹਨਾਂ ਇਸ਼ੂਆਂ ਦੇ, ਨੈਸ਼ਨਲ ਇਸ਼ੂਆਂ ਦੇ ਰਾਜਨੀਤੀ ਨਾ ਕਰੀਏ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਇਸ ਆਵਾਜ਼ ਨੂੰ ਉਠਾਓ, ਤੁਹਾਡਾ ਵੱਡਾ ਪਲੇਟਫਾਰਮ ਹੈ। ਮੈਂ ਕੱਲ ਆਮ ਆਦਮੀ ਜੀ 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 ਬਿਲਕੁਲ ਜੀ, ਅਸੀਂ ਬਿਲਕੁਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹਨੂੰ ਆਵਾਜ਼ ਨੂੰ ਉਠਾਉਂਦੇ ਹਾਂ। ਕੱਲ੍ਹ ਤੁਸੀਂ ਵੇਖਿਆ ਹੀ ਹੋਣਾ ਕਿ ਅਸੀਂ ਇਸ ਮੁੱਦੇ ਦੇ ਮੁਤਲਕ ਬਹਿਸ ਕੀਤੀ ਸੀਗੀ ਔਰ ਤੁਸੀਂ ਕੰਕਲੂਜਨ ਕੱਢਿਆ ਸੀਗਾ। ਅਸੀਂ ਜ਼ਰੂਰ ਆ ਜਿਹੜਾ ਮਾਹੌਲ ਹੈ, ਪ੍ਰੈਸ਼ਰ ਹੈ, ਕ੍ਰੀਏਟ ਕੀਤਾ ਪੰਜਾਬ ਦੇ ਵਿੱਚ, ਜਿਸਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਵੀ ਪਿਆ, ਔਰ ਜਿਹੜੀਆਂ ਆਰੋਪ ਪ੍ਰਤਿਆਰੋਪ ਦੀ, ਚਾਹੇ ਉਹ ਰਾਜਨੀਤੀ ਸ਼ੁਰੂ ਹੋਈ ਲੇਕਿਨ ਸ਼ੁਰੂ ਹੋਈ, ਆਵਾਜ਼ ਬਣਨੀ ਸ਼ੁਰੂ ਹੋਈ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਨ ਫਿਊਚਰ ਵੀ ਅਸੀਂ ਇਹਨਾਂ ਗੱਲਾਂ ਦੇ ਉੱਤੇ ਪੈਰਾ ਦਿੰਦੇ ਰਹਾਂਗੇ, ਔਰ ਜ਼ਰੂਰ ਨਿਰਪੱਖ ਤਰੀਕੇ ਨਾਲ ਹੀ ਤੁਹਾਡੇ ਸਾਹਮਣੇ ਅਸੀਂ ਔਥੈਂਟੀਕੇਟ ਕਰਕੇ ਖਬਰ ਨੂੰ ਲੈ ਕੇ ਆਵਾਂਗੇ। ਥੈਂਕ ਯੂ ਵੀਰ ਜੀ, ਬਹੁਤ ਧੰਨਵਾਦ। ਬਹੁਤ ਬਹੁਤ ਥੈਂਕ ਯੂ ਜੀ। ਮੈਂ ਇੱਥੇ ਇੱਕ ਛੋਟੀ ਜਿਹੀ ਜਾਣਕਾਰੀ ਦਰਸ਼ਕਾਂ ਨੂੰ ਦੇਣਾ ਚਾਹੁੰਦਾ, ਲੇਕਿਨ ਮੈਨੂੰ ਸਮਾਂ ਇੱਕ ਨਿੱਕੇ ਜਿਹੇ ਵਕਫੇ ਲਈ ਰੋਕ ਰਿਹਾ। ਜਦ ਮੈਂ ਵਕਫੇ ਤੋਂ ਬਾਹਰ ਆਵਾਂਗਾ ਵਾਪਸ, ਅਤੇ ਮੇਰੇ ਕੁਝ ਮੇਰੇ ਕੋਲ ਕੋਈ ਜਾਣਕਾਰੀ ਹੈਗੀ ਆ, ਉਹ ਜਾਣਕਾਰੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਜੋ ਅਸੀਂ ਹੈਲਥ ਡਿਪਾਰਟਮੈਂਟ ਨੂੰ ਪੰਜਾਬ ਦੇ ਵਿੱਚ ਭੇਜੀ ਹੈ, ਕਿ ਅਸੀਂ ਪੱਤਰ ਲਿਖੇ ਉਹਨਾਂ ਨੂੰ ਭੇਜਿਆ ਕਿ ਇਸ ਬਾਰੇ ਉਹ ਜ਼ਰੂਰ ਧਿਆਨ ਦੇਣ, ਅਗਰ ਇਸ ਬਾਰੇ ਜ਼ਰੂਰ ਧਿਆਨ ਦੇਣਗੇ ਤਾਂ ਸ਼ਾਇਦ ਕਿਤੇ ਨਾ ਕਿਤੇ ਲੱਗਦਾ ਕਿ ਜਿਹੜਾ ਨਿਪਟਾਰਾ ਉਹ ਮੈਨੂੰ ਲੱਗਦਾ ਕਿ ਬਹੁਤ ਟਾਈਮ ਲੱਗੇਗਾ, ਲੇਕਿਨ ਉਹ ਕਿਤੇ ਨਾ ਕਿਤੇ ਲਾਜ਼ਮੀ ਹੋਏਗਾ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ। ਉਹ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ, ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ, ਔਰ ਜੇਕਰ ਤੁਸੀਂ ਆਪਣੀ ਕੋਈ ਰਾਏ ਮੇਰੇ ਨਾਲ ਸਾਂਝਾ ਕਰ ਸਕਦੇ ਹੋ, ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰੋ, ਮੈਂ ਕਿਊ ਦੇ ਵਿੱਚ ਪਾ ਰਿਹਾ, ਔਰ ਬ੍ਰੇਕ ਤੋਂ ਬਾਅਦ ਉਹ ਕਾਲਸ ਵੀ ਮੈਂ ਤੁਹਾਡੀ ਲਵਾਂਗਾ।